ਅੰਮ੍ਰਿਤਸਰ ਦੇ ਹਲਕਾ ਉਤਰੀ ਤੋਂ 16S1 ਦੇ ਸਮੂਹ ਡੀਪੂ ਹੋਲਟਰਾ ਨੇ ਪ੍ਰਧਾਨ ਸੁਰਿੰਦਰ ਮਹਾਜਨ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕਰ ਉਹਨਾਂ ਨੂੰ ਐਸੋਸੀਏਸ਼ਨ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਹਲਕਾ ਉਤਰੀ ਦੇ ਇੰਚਾਰਜ ਸੁਖਮਿੰਦਰ ਪਿੰਟੂ, ਬਲਦੇਵ ਰਾਜ, ਜੁਗਲ ਕਿਸ਼ੋਰ, ਜੋਗਿੰਦਰ ਪਾਲ, ਰਿੰਪੀ ਭਾਰਦਵਾਜ, ਵਿਸ਼ਾਲ, ਸੋਨੂ ਕਪੂਰ, ਅਸ਼ਵਨੀ ਸੋਹੀ ਅਤੇ ਰਾਕੇਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਮੈਂਬਰਸ ਹਾਜ਼ਰ ਸਨ। ਸੁਰਿੰਦਰ ਮਹਾਜਨ ਜੀ ਦੀ ਅਧਿਅਕਸ਼ਤਾ ਦੇ ਵਿੱਚ ਸਾਰੇ ਹੀ ਨੌਰਥ ਹਲਕੇ ਦੇ ਜਿਹੜੇ ਡੀਪੂ ਹੋਲਡਰ ਨੇ ਉਹ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਨੂੰ ਮਿਲਣ ਵਾਸਤੇ ਆਏ ਸੀ। ਕੁਛ ਉਹਨਾਂ ਦੀਆਂ ਪ੍ਰੋਬਲਮ ਸੀ ਅਤੇ ਇਹਨਾਂ ਨੇ ਯਕੀਨ ਦਵਾਇਆ ਕਿ ਆਪਾਂ ਐਰਕੀ ਸਰਦਾਰ ਤਰਨਜੀਤ ਸਿੰਘ ਸੰਧੂ ਦੇ ਨਾਲ ਚੱਲਾਂਗੇ। ਅਸੀਂ ਆਏ ਹਾਂ ਜੀ, ਪਛਾਣ ਹੋ ਕੇ ਅੱਜ ਜਿਹੜਾ ਅਸੀਂ ਸੰਧੂ ਸਾਹਿਬ ਨੂੰ ਮਿਲੇ ਹਾਂ, ਉਹਨਾਂ ਨੂੰ ਆਪਣੀਆਂ ਡੀਪੂ ਹੋਲਡਰ ਜਿਹੜਾ ਵਾ ਪ੍ਰੋਬਲਮ ਦੱਸੀ ਆਪਣੀਆਂ, ਸਾਨੂੰ ਕੀ ਪ੍ਰੋਬਲਮ ਹੈਗੀ ਆ। ਸਾਨੂੰ 47 ਰੁਪਈਏ ਕਮਿਸ਼ਨ ਮਿਲਦੀ ਆ, ਜਦਕਿ ਸਾਰੀਆਂ ਸਟੇਟਾਂ 'ਚ 200 ਰੁਪਈਆ ਕਮਿਸ਼ਨ ਹੈਗੀ। 47 ਰੁਪਏ ਦੇ ਵਿੱਚੋਂ ਵੀ ਅਸੀਂ ਜਿਹੜਾ ਵਾ ਕਿਰਾਇਆ ਆਪਣੇ ਕੋਲੋਂ ਦਿੰਦੇ ਹਾਂ। ਨਸ਼ਾ ਵਿਰੋਧ